ਬਿਸਮਿਲ੍ਲਾਹਿ ਰਹਿਮਾਨਿ ਰਹੀਮ ਸਜਰੀ ਸਵੇਚ ਜਿਨ੍ਹਾਂ ਦੇ ਕੰਨਾਂ ਤੱਕ ਮੇਰੀ ਆਵਾਜ਼ ਜਾ ਰਹੀ ਹੈ ਤੇ ਜਿਹੜੇ ਆ ਪ੍ਰੋਗਰਾਮ ਤੱਕ ਦੇ ਪਏ ਨੇ ਸਭ ਦੀ ਖਿਦਮਤ ਵਿੱਚ ਰੂਬੀ ਅਨਮਲ ਅਸਲਾਮ ਅਲੈਕਮ ਸੱਚਾ ਤੇ ਸੋਹਣਾ ਰੱਬ ਅੱਜ ਦਾ ਦਿਨ ਸਭ ਵਾਸਤੇ ਹੀ ਬੜਾ ਪਾਗਾ ਵਾਲਾ ਕਰਮਾ ਵਾਲਾ ਖੁਸ਼ੀਆਂ ਵਾਲਾ ਤੇ ਖਾਸ ਕਰ ਸਿਹਤ ਵਾਲਾ ਹੋਵੇ ਤੰਦਰੁਸਤੀ ਹਜ਼ਾਰ ਨਿਮਤੇ ਆਪਣੇ ਸਿਹਤ ਦਾ ਬਹੁਤ ਜ਼ਿਆਦਾ ਧਿਆਨ ਕਰਿਆ ਕਰੋ ਜਨਾਬ ਲੋ ਜੀ ਪਿਆਰੀਆਂ ਗੱਲਾਂ ਤੋਂ ਜ਼ਿਆਦਾ ਸਾਡੇ ਕੋਲ ਬੜੇ ਪਿਆਰੇ ਫਨਕਾਰ ਸਿਆਲਕੋਟ ਨਾਲ ਇਹਨਾਂ ਦਾ ਤਾਲੁਕ ਬੜੀ ਪਿਆਰੀ ਆਵਾਜ਼ ਹੈ ਔਰ ਇਹਨਾਂ ਦਾ ਇੱਕ ਐਲਬਮ ਜਿਹੜਾ ਵੇ ਉਹ ਮਾਰਕੀਟ ਚ ਆਇਆ ਮੈਨੂੰ ਉਹਦੀ ਸਭ ਤੋਂ ਖੂਬਸੂਰਤ ਗੱਲ ਲੱਗੀ ਇਹਨਾਂ ਨੇ ਕਿ ਮੈਂ ਆਪਣਾ ਹੀ ਗਾਣਾ ਟੀਵੀ ਤੇ ਗਾ ਕੇ ਸੁਣਾਵਾਂਗਾ ਔਰ ਮੈਨੂੰ ਫਰਮਾਇਸ਼ ਨਹੀਂ ਕਰਨੀ ਕਿਸੇ ਹੋਰ ਦੀ ਤੇ ਬੜੇ ਪਿਆਰੇ ਸਿੰਗਰ ਤੁਸੀਂ ਦੱਸੋਗੇ ਅੱਜ ਇਹਨਾਂ ਦੀ ਆਵਾਜ਼ ਕਿ ਐਸੀ ਹੈ ਤੇ ਮਿਲ ਲੈ ਮੌਸਨ ਸ਼ੇਖ ਨੂੰ ਅਸਲਾਮੁਅਲੈਕਮ ਵਾਲੇਕਮ ਸਲਾਮ ਕੀ ਹਾਲ ਹੈ ਮੌਸਨ ਠੀਕ ਠਾਕ ਹੋ ਠੀਕ ਠਾਕ ਸ਼ੁਕਰ ਅਲਾ ਦਾ ਮੌਸਨ ਸਵੇਰੇ ਸਵੇਰ ਇਨਾ ਸਖਤੀ ਤਿਆਰ ਹੋ ਕੇ ਆ ਗਏ ਕਿੰਨੀ ਅੱਛੀ ਗੱਲ ਹੈ ਬਸ ਸਪੈਸ਼ਲੀ ਪੰਜਾਬ ਟੀਵੀ ਐਸ ਹੈ ਕਦੀ ਤੱਕ ਹੈ ਪੰਜਾਬ ਟੀਵੀ ਬਿਲਕੁਲ ਜ਼ਰੂਰ ਕਾਰ आले ਤਾਂ ਫੈਸਲ ਕੋਰ ਤੇ ਮੈਨੂੰ ਰੈਗੂਲਰ ਪੰਜਾਬ ਟੀਵੀ ਦਾ ਫੈਨ ਆ ਪੰਜਾਬ ਟੀਵੀ ਦੇਖਣਾ ਸਾਡੇ ਪੰਜਾਬ ਦਾ ਹੈ ਤੇ ਬਹੁਤ ਲਾਈਕ ਕਰਨਾ ਔਰ ਕਾਰ ਵਾਲੇ ਵੇਖਦੇ ਕਾਰ ਬਿਲਕੁਲ ਜ਼ਰੂਰ ਸਾਰੇ ਕਾਰਲੇ ਤੱਕਦੇ ਨੇ ਲੋ ਜੀ ਮਸਿਕ ਕਿੰਨਾ ਚਿਰ ਹੋ ਗਿਆ ਮਸਿਕੀ ਵਾਲੇ ਪਾਸੇ ਤਾਂ ਮਸਿਕੀ ਹੈ ਮੈਨੂੰ ਕਾਲਜ ਲਾਈਫ ਤੋਂ ਸ਼ੌਕ ਪਿਆ ਸੀ ਅੱਛਾ ਤੇ ਬਸ ਉੱਥੋਂ ਫਿਰ ਕੰਟੀਨਿਊ ਕਰਦੇ ਕਰਦੇ ਅਨਬਾਸ ਸਾਹਿਬ ਸਾਨੂੰ ਮਿਲੇ ਮੇਰੇ ਉਸਤਾਦ ਔਨ ਅਬਾਸ ਅੱਛਾ 뮤직 ਡਾਇਰੈਕਟਰ ਨੇ ਸਾਲਕੋਟ ਚ ਸਾਰੰਗ ਸਟੂਡੀਓ ਦੇ ਨਾਂ ਤੋਂ ਨਾ ਬਿਲਕੁਲ ਮੈਂ ਸਾਰੰਗ ਸਟੂਡੀਓ ਦੇ ਹਵਾਲੇ ਨਾਲ ਕਾਫੀ ਲੋਕਾਂ ਕੋਲੋਂ ਸੁਣਿਆ ਹੈ ਰਿਕਾਰਡਿੰਗ ਦੇ ਹਵਾਲੇ ਨਾਲ ਵੀ ਹਾਂ ਜੀ ਬਸ ਅੱਲਾ ਇਨਸ਼ਾਅੱਲਾ ਉਹਨਾਂ ਦੀ ਸੁਣੇਗਾ ਬੜੀ ਜਲਦੀ ਉਹਨਾਂ ਨੇ ਮੇਰਾ ਐਲਬਮ ਲਾਂਚ ਕੀਤਾ ਸਾਰਾ ਬਣਾਇਆ ਹੈ ਤੇ ਮੈਂ ਸਪੈਸ਼ਲੀ ਪੰਜਾਬ ਟੀਵੀ ਐਸ ਐ ਮਾਹੀ ਮੇਰਾ ਚੈਨਲ ਵਰਗਾ ਮੈਂ ਇੱਕ ਡੈਡੀਕੇਟ ਕਰਨਾ ਹੈ ਸੇ ਸੌਂਗ ਬਣਾਇਆ ਹੈ ਜੀ ਜ਼ਰੂਰ ਬਿਸਮਿਲ ਔਰ ਇਹਦਾ ਵੀਡੀਓ ਵੀ ਮੈਂ ਇਨਸ਼ਾਅੱਲਾ ਜਲਦੀ ਕਰ ਰਿਹਾ ਹਾਂ ਅੱਛਾ ਔਰ ਪੰਜਾਬ ਟੀਵੀ ਚੋਂ ਇਨਸ਼ਾਅੱਲਾ ਆਨਰ ਕਰਵਾਵਾਂਗਾ ਅੱਲਾ ਖੈਰ ਕਰੇ ਪੰਜਾਬ ਟੀਵੀ ਤੋਂ ਇੱਕ ਕਰਾਓ ਜੋ ਤੁਹਾਡਾ ਦਿਲ ਕਰੇ ਬਿਸਮਿਲ ਸੁਨਾਹਤ ਹਾਂਜੀ ਹਮੇ ਹੀ ਮੇਰਾ ਚਨ ਵਰਗਾ ਸਾਰੇ ਜਗ ਤੋਂ ਨਿਰਾਲਾ ਮੈਨੂੰ ਲੱਗਦਾ ਕਿ ਤੇਰੇ ਜਿਆ ਨਹੀਂ ਹੋਣਾ ਕੋਈ ਹੋਰ ਕਿ ਤੇਰੇ ਜਿਆ ਨਹੀਂ ਹੋਣਾ ਕੋਈ ਹੋਰ ਕਿ ਤੇਰੇ ਜਿਆ ਨਹੀਂ ਹੋਣਾ ਕੋਈ ਹੋਰ ਅੱਖ ਵਿੱਚ ਕਾਜਲ ਲਾਨੀ ਏ ਸਾਡੇ ਉੱਤੇ ਬਿਜਲੀ ਪਾਣੀ ਏ ਤੁਣਾ ਜਿਹਾ ਤੂੰ ਸ਼ਰਮਾਨੀ ਏ ਦਿਲ ਕੱਢ ਕੇ ਲੈ ਜਾਣੀ ਏ ਤੈਨੂੰ ਮੈਂ ਪਿਆਰ ਕਰਾਂ ਤੇਰੇ ਤੋਂ ਉਮਰ ਮਹਿਵਾਰਾਂ ਲੋ ਜੀ ਅਸੀਂ ਤੁਹਾਡਾ ਗਾਣੇ ਦਾ ਸਟਾਰਟ ਤੇ ਲੈ ਲਿਆ ਲੋਕਾਂ ਨੂੰ ਅਸੀਂ ਦੱਸਾਂਗੇ ਕਿ ਇਹ ਗਾਣਾ ਕਿੱਡਾ ਅੱਛਾ ਗਾ ਰਹੇ ਨੇ ਲੇਕਿਨ ਜਨਾਬ ਇਥੇ ਲੈਨੇ ਬ੍ਰੇਕ ਤੇ ਮਿਲਨੇ ਆ ਬ੍ਰੇਕ ਤੋਂ ਬਾਅਦ